ਕਰਕੇ ਨੀਸ਼ ਦਾਵਨਾ ਤਾਂ ਪ੍ਰਭ ਲੇਖੇ ਅੰਦਰ ਪਾਏ ਭਾਉ ਭਗਤ ਕਰ ਨੀਸ਼ ਦਾਏ ਤੋ ਨਾਨਕ ਮੁਖ ਅੰਤਰ ਪਾਵੇ। ਤੋ ਸਾਧ ਸੰਗਤ ਜੀ ਇਹ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜਾਪਰ ਯੋਗ ਦੀ ਇਹ ਸਾਡੇ ਕਲਯੁਗ ਜੀਵਾਂ ਦੇ ਭਲੇ ਵਾਸਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਇੰਨੀ ਬਖਸ਼ਿਸ਼ ਕੀਤੀ ਕਿ ਘਰਾਂ ਘਰਾਂ ਵਿੱਚ ਪ੍ਰਯੋਗ ਚਲਾ ਤੇ। ਕਹਿੰਦੇ ਨੇ ਵੀ ਤੁਹਾਡੇ ਜੇ ਘਰ ਕੰਮ ਜ਼ਿਆਦਾ ਨੇ ਇੱਥੇ ਨਹੀਂ ਆ ਸਕਦੇ ਅਤੇ ਤੁਸੀਂ ਆਪਣੇ ਘਰ ਹੀ ਕਰ ਲਿਆ ਕਰੋ। ਤੋ ਸਾਧ ਸੰਗਤ ਜੀ ਫਿਰ ਗੱਜ ਗਿਆ ਕੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਇੱਕ ਵਾਰੀ 2000 ਸਨ ਵਿੱਚ ਦਾਸ ਘਰ ਚਰਨ ਪਾਏ ਬਾਪੂ ਜੀ ਸੂਬਾ ਭਗਤ ਸਿੰਘ ਦਾਤੇ ਵਾਲੀ ਮੇਰੇ ਪੜਦਾਦਾ ਜੀ ਨੇ ਉਹਨਾਂ ਦੇ ਯਾਦ ਵਿੱਚ ਮੇਲਾ ਸੀ। ਤੋ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਬੜੀਆਂ ਖੁਸ਼ੀਆਂ ਬਖਸ਼ੀਆਂ। ਤੋ ਸਾਧ ਸੰਗਤ ਜੀ ਉੱਥੇ ਸੱਚੇ ਪਾਤਸ਼ਾਹ ਬੈਠੇ ਹੋਏ ਸੇਵਕਾਂ ਨਾਲ ਘਰ ਬੈਠੇ ਨੇ ਅਤੇ ਮੈਂ ਮੱਥਾ ਟੇਕਿਆ ਚਰਨਾਂ 'ਚ ਆ ਕੇ ਬਹਿ ਕੇ ਅਤੇ ਸਾਰਾ ਗਰੀਬ ਨਾਜ ਕਰਦੇ ਨੇ ਸੇਵਕਾਂ ਨੂੰ। ਮੈਂ ਕਾਕੇ 'ਤੇ ਬਹੁਤ ਖੁਸ਼ ਹਾਂ। ਮੈਂ ਹੱਥ ਜੋੜ ਕੇ ਚਰਨਾਂ 'ਚ ਬੈਠਾ ਜੀ ਤਿੰਨ ਵਾਰੀ ਆਖਿਆ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ। ਫਿਰ ਸੇਵਕਾਂ ਨੂੰ ਪੁੱਛਦੇ ਨੇ ਪਤਾ ਮੈਂ ਕਿਉਂ ਖੁਸ਼ ਹਾਂ। ਕਹਿੰਦੇ ਨੇ ਇਸ ਕਰਕੇ ਖੁਸ਼ ਹਾਂ ਕਿ ਇਹ ਪਲਟਣ ਵਿੱਚ 2 ਮਹੀਨਿਆਂ ਦੀ ਛੁੱਟੀ ਆ ਕੇ 1 ਮਹੀਨਾ ਪ੍ਰਯੋਗ ਵਿੱਚ ਲਾਉਂਦਾ ਭੈਣੀ ਸਾਹਿਬ, ਇਸ ਕਰਕੇ ਖੁਸ਼ ਹਾਂ। ਮੈਂ ਗਰੀਬ ਨਿਵਾਜ, ਇਹ ਆਪ ਜੀ ਦੀ ਬਖਸ਼ਿਸ਼ ਹੈ। ਕਲਯੁਗ ਦੇ ਭਿਆਨਕ ਸਮੇਂ ਵਿੱਚ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਰਸਨਾ ਤੋਂ ਨਾਮ ਨਹੀਂ ਨਿਕਲਦਾ। ਇਹ ਤੁਹਾਡੀ ਕਿਰਪਾ, ਅੱਗੋਂ ਵੀ ਕਿਰਪਾ ਕਰੋ, ਬੰਦਗੀ ਦੀ ਖੈਰ ਪਾਓ, ਪ੍ਰਤੀਤ ਦਾ ਦਾਨ ਬਖਸ਼ੋ, ਬਜ਼ੁਰਗਾਂ ਵਾਂਗੂ ਤੁਹਾਡੇ ਚਰਨਾਂ ਨਾਲ ਨਿਭਜੇ। ਤੋ ਸਾਧ ਸੰਗਤ ਜੀ ਸਤਿਗੁਰ ਜਿਹੜਾ ਹੁੰਦਾ ਨਾ ਸਿੱਖ ਨੂੰ ਭਜਨ ਬੰਦਗੀ ਵਾਲੇ ਪਾਸੇ ਜੋੜਦਾ। ਕਿਉਂ ਕਿ ਕਲਯੁਗ ਦੀ ਜਿਹੜੀ ਅਗਨ ਹੈ, ਕਲਯੁਗ ਦੀ ਅੱਗ ਹੈ, ਸੰਸਾਰ ਤੇ ਇਹਦੇ ਵਿੱਚ ਛੱਡਦਾ ਪਿਆ। ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਬਾਜੇ, ਕਿਉਂਕਿ ਸਮਾਂ ਸਾਧ ਸੰਗਤ ਜੀ ਕਲਯੁਗ ਦਾ ਦਿਨ ਪੈ ਦਿਨ ਬਹੁਤ ਭਿਆਨਕ ਆ ਰਿਹਾ ਅਤੇ ਇਸ ਸਮੇਂ ਨੇ ਹੁਣ ਕਿਸੇ ਦਾ ਲਿਹਾਜ਼ ਨਹੀਂ ਕਰਨਾ। ਉਹ ਪੁਰਾਣੇ ਇੱਕ ਵਾਰੀ ਗੱਜ ਕਿਹਾ ਕੋ ਧੰਨ ਸ਼੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕੋਲ ਇੱਕ ਵਾਰੀ ਚਵਿੰਡੇ ਵਾਲੇ ਸੰਤ ਬੈਠੇ ਸਨ। ਤੋ ਅਰਜ ਕੀਤੀ ਸੰਤਾਂ ਨੇ, ਤਿੰਨ ਕੇਸਰ ਸਿੰਘ, ਤਿੰਨੇ ਬ੍ਰਹਮ ਗਿਆਨੀ ਸਨ। ਸਾਧ ਸੰਗਤ ਜੀ ਕਦੀ ਸਮਾਂ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ, ਇੱਥੇ ਬ੍ਰਹਮ ਗਿਆਨੀ ਸਾਧੂਆਂ ਦੀਆਂ ਡਾਰਾਂ ਫਿਰਦੀਆਂ ਹੁੰਦੀਆਂ ਸਨ। ਇੱਕ ਨਹੀਂ, ਦੋ ਨਹੀਂ, ਡਾਰਾਂ ਦੀਆਂ ਡਾਰਾਂ ਸਾਧੂ। ਜਦੋਂ ਸਤਿਗੁਰੂ ਨੇ 5 ਸੂਬੇ ਥਾਪੇ ਹਨ ਨਾ, ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ ਨੇ ਰੋਕੇ 17, ਫਿਰ 22 ਕੈਦ ਕਰ ਲਏ। ਕਹਿੰਦੇ ਨੇ ਬਾਬਾ ਸਾਹਿਬ ਆਪ ਕਿਆ ਕਰੋਗੇ, ਸਾਧ ਸੰਗਤ ਸਤਿਗੁਰੂ ਰੰਗ ਵਿੱਚ ਆ ਗਏ। ਕਹਿੰਦੇ ਜਾ ਬਿਲਿਆ, ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ, ਹਲਵਾਣ ਵਾਲਾ ਜੱਟ ਭਜਨ ਦੇਗਾ, ਮੇਰੇ ਜੀ ਨਾਸਰ ਹੋਏਗਾ। ਤੋ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ ਏਡੇ ਏਡੇ ਤਪਸਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਸਾਧ ਸੰਗਤ ਜੀ ਸਾਧੂ ਹੋਏ। ਸੱਚੇ ਪਾਤਸ਼ਾਹ ਸਾਧੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵਿਦੇਸ਼ 'ਚ ਆਉਂਦਾ, ਉਹਨਾਂ ਸਿੱਖਾਂ ਵਿੱਚ ਅਤੇ ਸਾਡੇ 'ਚ ਕੀ ਫਰਕ ਹੈ? ਉਹ ਵੀ ਸਾਡੇ ਵਰਗੇ ਹਨ, ਗਰੀਬ ਨਿਵਾਜ ਕਹਿੰਦੇ ਨੇ। ਕਹਿੰਦੇ ਨੇ ਉਹਨਾਂ ਸਾਧੂਆਂ ਵਿੱਚ ਤਾਂ ਸਾਡੇ ਹੁਣ ਕੀ ਫਰਕ ਹੈ, ਉਹ ਕੀ ਕਰਿਆ ਕਰਦੇ ਸਨ? ਉਹਨਾਂ ਨੇ ਸਾਰਾ ਦਿਨ ਬਚਨ ਹੀ ਕੋਈ ਕਰਨਾ ਸੰਸਾਰੀ, ਜੇ ਬਾਣੀ ਰਹਿੰਦੀ ਹੈ ਬਾਣੀ ਪੜ੍ਹਨੀ ਹੈ, ਨਹੀਂ ਤਾਂ ਭਜਨ ਕਰਦੇ ਰਹਿਣਾ। ਅਤੇ ਦੋਵਾਂ ਨੇ ਮਿਲਣਾ ਬਹਿ ਕੇ ਸਤਿਗੁਰੂ ਦਾ ਕੋਈ ਬਚਨ ਕਰਨਾ ਅਤੇ ਜਾਂ ਭਾਣੇ ਦਾ ਬਚਨ ਕਰਨਾ। ਭਾਣੇ ਬਾਰੇ ਇਹ ਹੁਕਮ ਹੈ ਵੀ ਸਿੱਖ ਨੂੰ 2 ਵਾਰੀ ਭਾਣੇ ਦਾ ਯਾਦ ਆਉਣਾ ਚਾਹੀਦਾ ਦਿਨ 'ਚ, ਅਤੇ ਜੇ 1 ਵਾਰੀ ਵੀ ਨਹੀਂ ਯਾਦ ਆਉਂਦਾ ਉਹ ਸਿੱਖ ਨਹੀਂ ਰਹਿੰਦਾ। ਹੁਣ ਕਲਯੁਗ ਦੀ ਐਸੀ ਮਾਰ ਪਈ ਹੈ ਭਾਣਾ ਭੁੱਲ ਗਿਆ, ਕਿਉਂਕਿ ਭਾਣਾ ਲਾਗੇ ਆ ਰਿਹਾ, ਭਾਣਾ ਭੁੱਲ ਗਿਆ। ਮਾਇਆ ਬਿਅੰਗਮ ਸਰਪ ਹੈ, ਜਗ ਘੇਰਿਆ ਬਿਖਮਾਏ, ਬਿਖ ਕਾ ਮਾਰਨ ਹਰ ਨਾਮ ਹੈ, ਗੁੜ ਗੜੜ ਸ਼ਬਦ ਮੁਖ ਪਾਏ, ਸੁੱਤੜੇ ਅਸੰਖ ਮਾਇਆ ਝੂਠੀ ਕਾਰ ਨੇ, ਨਾਨਕ ਸੇ ਜਗਨ ਜੋ ਰਸਨਾ ਨਾਮ ਉਚਾਰਨੇ। ਰਸਨਾ ਹਿਲਾ ਕੇ ਭਜਨ ਕਰਨਾ ਸੱਚੇ ਪਾਤਸ਼ਾਹ ਦੇ ਚਾਹੁੰਦਾ ਸੀ ਵੀ ਪੁਰਾਣੇ ਕੂਕੇ ਭਜਨ ਕਰਦੇ ਹਨ, ਲੋਕਾਂ ਨੇ ਹੱਸਣਾ ਕਰਨਾ ਪਾਏ, ਜਿੱਦਾਂ ਬੱਕਰੀ ਗਾਲੀ ਕਰਦੀ ਇੱਦਾਂ ਭਜਨ ਕਰਦਾ, ਅੱਠੇ ਪੈਰ ਰਸਨਾ ਭਜਨ ਨੂੰ ਚੱਲਦੀ ਰਹਿਣੀ। ਤੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਵਿਦੇਸ਼ ਕਿਰਪਾ ਕਰਦੇ ਨੇ ਕਿ ਉਹ ਸੰਸਾਰੀ ਹੁਣ ਜਿੱਦਾਂ ਇਹ ਦਿਨ ਰਾਤ ਸਾਡੇ ਅੰਦਰ ਸੰਸਾਰੀ ਬੱਚਿਆਂ ਦਾ ਚੱਕਰ ਘੁੰਮਦਾ ਰਹਿੰਦਾ ਨਾ, ਮੇਰਾ ਘਰ ਮੇਰੇ ਬੱਚੇ, ਪਰ ਸਾਧ ਸੰਗਤ ਜੀ ਉਹ ਲੋਕ ਭਜਨ ਕਰਦਿਆਂ ਰਹਿਣਾ ਅਤੇ ਸਤਿਗੁਰਾਂ ਨੂੰ ਯਾਦ ਕਰਦਿਆਂ ਰਹਿਣਾ। ਸਤਿਗੁਰਾਂ ਦੇ ਵਿਯੋਗ ਦੇ ਵਿੱਚ ਸਮਾਂ ਉਹਨਾਂ ਨੇ ਗੁਜ਼ਾਰਨਾ, ਸਤਿਗੁਰਾਂ ਦੀ ਯਾਦ ਵਿੱਚ ਰਹਿਣਾ, ਸਤਿਗੁਰਾਂ ਨੂੰ ਯਾਦ ਕਰਨਾ,
ਸੱਚੇ ਪਾਤਸ਼ਾਹ ਜੀਵਨ ਸਿੰਘ ਸਰਵਾਲੀ ਵਾਲੇ ਸਤਿਗੁਰਾਂ ਨੂੰ ਤਰਨ ਤਰਨ ਜਾਂਦਿਆਂ ਸਤਿਗੁਰਾਂ ਦੀ ਯਾਦ ਆ ਗਈ। ਕਹਿੰਦੇ ਸੱਚੇ ਪਾਤਸ਼ਾਹ ਸਾਰਾ ਕੁਝ ਛੱਡ ਕੇ ਸਾਰਾ ਸੰਸਾਰ ਨਾਲੋਂ ਤੋੜ ਕੇ ਤੇਰੇ ਨਾਲ ਯਾਰੀ ਲਾਈ, ਤੂੰ ਛੱਡ ਕੇ ਪ੍ਰਦੇਸ਼ਾਂ ਨੂੰ ਚਲਾ ਗਿਆ, ਗਰੀਬ ਨਿਵਾਜ, ਤੇਰੇ ਬਿਨਾਂ ਅਸੀਂ ਕਿਸ ਤਰ੍ਹਾਂ ਗੁਜ਼ਾਰਾ ਕਰੀਏ, ਕਿੱਦਾਂ ਜੀਏ। ਤੋ ਸਾਧ ਸੰਗਤ ਜੀ, ਸਤਿਗੁਰੂ ਜੀ ਅੰਗੂਰ ਵਿੱਚ ਇਸ਼ਨਾਨ ਕਰਦੇ ਪਏ ਸਨ, ਕਛਹਿਰੇ ਦਾ ਇੱਕ ਪਹੁੰਚਾ ਲਾਇਆ ਅਤੇ ਦੂਜਾ ਪਾਇਆ, ਇੱਕ ਲਾਇਆ ਇੱਕ ਪਾਉਂਦੇ ਪਏ ਨੇ, ਅੱਗੇ ਆ ਕੇ ਖੜ੍ਹੇ ਹੋ ਗਏ। ਕਹਿੰਦੇ ਨੇ ਭਾਈ ਇੱਦਾਂ ਨਹੀਂ ਕਰੀਦਾ, ਮੇਰੇ ਸਿੱਖਾਂ ਦੇ ਵਿੱਚੋਂ ਮੇਰੇ ਦੀਦਾਰ ਕਰਿਆ ਕਰੋ। ਅਤੇ ਫਿਰ ਨਾਲ ਦੱਸਿਆ ਭਾਈ ਰਿਸ਼ੀ ਜੀ ਮਦਾਰ ਵਾਲੇ ਨੇ, ਉਹਨਾਂ ਦੇ ਦਰਸ਼ਨ ਕਰ ਲਓ, ਉਹ ਮੇਰਾ ਹੀ ਰੂਪ ਨੇ। ਦਰਬਾਰ ਸਾਹਿਬ ਚਲੇ ਜਾਣਾ, ਲੋਕ ਸਿੱਧਾ ਪਰਿਕਰਮਾ ਕਰਦੇ ਨੇ, ਉਹ ਪੁੱਠੀ ਕਰਦੇ ਹੋਣਗੇ। ਕਛਹਿਰੇ ਦਾ ਇੱਕ ਪਹੁੰਚਾ ਉਹਨਾਂ ਲਾਇਆ ਹੋਏਗਾ, ਇੱਕ ਹੱਥ 'ਚ ਫੜ ਕੇ ਅਤੇ ਮਿਸਤਾਨੀ ਅਵਸਥਾ ਤੁਰੇ ਹੋਣਗੇ, ਪਰਿਕਰਮਾ ਦੇ ਬਚਨ ਕੀ ਕਰਨਗੇ, ਮੈਂ ਰਾਮ ਸਿੰਘ, ਮੈਂ ਰਾਮ ਸਿੰਘ। ਉਹ ਬਾਬਾ ਰਿਸ਼ੀ ਸਿੰਘ ਮਦਾਰਵਾ ਜਿਹੜਾ ਰਾਮ ਰਾਮ ਸਿੰਘ ਕਹਿੰਦੇ ਨਾ, ਕਹਿੰਦੇ ਨੇ ਉਹ ਮੇਰਾ ਰੂਪ ਹੈ, ਉਹ ਮੈਂ ਫਿਰਨਾ ਪਿਆ। ਤੋ ਸਾਧ ਸੰਗਤ ਜੀ, ਸੰਤ ਜੀਵਨ ਸਿੰਘ ਸਰਵਾਲੀ ਵਾਲੇ ਜਦੋਂ ਗਏ, ਵੇਖਿਆ ਬਾਬਾ ਜੀ ਰੰਗ ਵਿੱਚ, ਸਾਧ ਸੰਗਤ ਜੀ ਉਹ ਜਿਹੜੇ ਪੁਰਾਣੇ ਸਾਧੂ ਸਨ, ਸਾਧੂ ਪ੍ਰਤਾਪ ਸਿੰਘ ਦਾ ਵਿਦੇਸ਼ 'ਚ ਆਉਂਦਾ, ਉਹ ਕਿਸੇ ਨੂੰ ਨਾਮਧਾਰੀ ਸੱਜਣ ਵਾਸਤੇ ਨਹੀਂ ਹਨ ਕਹਿੰਦੇ। ਕੇਸਰ ਸਿੰਘ ਚਵਿੰਡੇ ਵਾਲਿਆਂ ਦਾ ਜ਼ਿਕਰ ਆਉਂਦਾ, ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਉਪਦੇਸ਼ ਕਿਰਪਾ ਕਰਦੇ ਨੇ, ਜਦੋਂ ਸੰਗਤ ਵਿੱਚ ਆ ਜਾਂਦੇ ਹੁੰਦੇ ਸਨ, ਸੰਤਾਂ ਦੇ ਸੰਗਤ ਵਿੱਚ ਆਉਣ ਨਾਲ ਸੁਣ ਸਮਾਜ ਸਾ ਜਾਂਦੀ ਸੀ, ਸੁਣ ਸਮਾਜ ਸਾ ਜਾਂਦੀ ਸੀ। ਇਹ ਨਹੀਂ ਪਤਾ ਲੱਗਦਾ ਮਾਈ ਆਇਆ ਅਤੇ ਇਹ ਨਹੀਂ ਪਤਾ ਲੱਗਦਾ ਭਾਈ ਆਇਆ। ਸੰਤਾਂ ਦੀ ਸੰਗਤ ਵਿੱਚ ਇੰਨੀ ਸੰਤਾਂ ਦਾ ਤਪ ਸੀ, ਇੰਨੇ ਤਪੱਸਵੀ ਸਨ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ, ਕਿ ਸਾਰੀ ਸੰਗਤ ਦੀ ਦ੍ਰਿਸ਼ਟੀ ਸੁਣ ਸਮਾਜ ਸਮ ਦ੍ਰਿਸ਼ਟੀ ਹੋ ਜਾਂਦੀ ਸੀ, ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਸੀ, ਸੁਣ ਦ੍ਰਿਸ਼ਟੀ ਹੋ ਜਾਂਦੀ ਸੀ, ਸੁਣ ਸਮਾਜ ਚਲੇ ਜਾਂਦੇ ਹਨ। ਇਹ ਨਹੀਂ ਪਤਾ ਲੱਗਦਾ ਮਾਈ ਆਇਆ ਕਿ ਇਹ ਨਹੀਂ ਪਤਾ ਭਾਈ ਆਇਆ, ਇੰਨੇ ਇੰਨੇ ਤਪੱਸਵੀ ਪੁਰਸ਼। ਤੋ ਬਾਬਾ ਰਿਸ਼ੀ ਸਿੰਘ ਮਜ਼ਾਰ ਵਾਲਿਆਂ ਨੇ ਜਿਵੇਂ ਚਰਨਾਂ 'ਚ ਮੱਥਾ ਟੇਕਿਆ ਅਤੇ ਸੰਤਾਂ ਦੇ ਦਰਸ਼ਨ ਕੀਤੇ, ਸੰਤਾਂ ਦੇ ਪ੍ਰਤੱਖ ਸੰਤਾਂ ਵਿੱਚੋਂ ਸਾਧੂਆਂ ਦੇ ਦਰਸ਼ਨ ਹੋਏ। ਸੋ ਸਾਧ ਸੰਗਤ ਜੀ, ਮੈਂ ਬਚਨ ਕਰਦਾ ਪਿਆ ਸੀ, ਸਾਧੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਬਾਣੀ ਬੜੀ ਵੱਡੀ ਚੀਜ਼ ਹੈ, ਜੂ ਜੂ ਸਿੱਖ ਨੇ ਕੀ ਕਰਨਾ, ਬਾਣੀ ਪੜ੍ਹਦਾ ਸਾਧ ਸੰਗਤ ਜੀ। ਇਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਇੱਕ ਸਹਿਜ ਪਾਠ ਕਰਿਆ ਕਰੋ, ਕਿਉਂਕਿ ਸਾਧ ਸੰਗਤ ਜੀ ਪਰਿਵਾਰ 'ਚ ਬਾਣੀ ਪੜ੍ਹੀ ਜਾਏਗੀ, ਪਰਿਵਾਰ 'ਚੋਂ ਕਲੇਸ਼ ਜਾਣਗੇ। ਕਲਯੁੱਗ ਦਾ ਜ਼ੋਰ ਹੈ, ਕਲਯੁੱਗ ਜ਼ੋਰ ਨਾਲ ਕਲੇਸ਼ ਦੀ ਬਿਮਾਰੀਆਂ ਦਾ ਪੈਰਾ ਹੈ। ਰਾਮਕਾਰ ਤੋਂ ਜੂ ਜੂ ਜੀਵ ਬਾਹਰ ਜਾਏਗਾ ਅਤੇ ਉਹ ਕਲੇਸ਼ ਵਿੱਚ ਜਕੜਿਆ ਜਾਏਗਾ। ਅਤੇ ਦੂਸਰੇ ਪਾਸ ਸੱਚੇ ਪਾਤਸ਼ਾਹ ਫਿਰ ਕਹਿੰਦੇ ਨੇ ਭਾਈ ਬਾਣੀ ਜਿਹੜੀ ਨਾੜ ਹੈ, ਸਿੱਟਾ ਨਾਮ ਹੈ ਗਰੀਬਨ ਵਾਜ, ਅਤੇ ਥੋੜ੍ਹੀ ਦੇਰ ਬਾਅਦ ਕਹਿੰਦੇ ਨਾਮ ਵੀ ਤੋਂ ਹੈ। ਸਤਸੰਗ ਜੀ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ਨ, ਉਹਨਾਂ ਦੇ ਮਨ ਨੂੰ ਧੱਕਾ ਲੱਗਾ, ਕਹਿੰਦੇ ਸੱਚੇ ਪਾਤਸ਼ਾਹ ਦੱਸੋ ਇਹਦੇ ਉੱਤੇ ਵੀ ਕੋਈ ਚੀਜ਼ ਹੈ ਵੇ, ਇਹਦੇ ਤੋਂ ਉੱਪਰ ਵੀ ਦੱਸੋ ਕੁਝ ਹੈ ਵੇ। ਸੱਚੇ ਪਾਤਸ਼ਾਹ ਦੇ ਨੇ ਭਾਈ ਇੱਦਾਂ ਨਾੜ ਦੀ ਵੀ ਲੋੜ ਹੈ, ਕਿਉਂਕਿ ਕਣਕ ਦਾ ਜਿੱਦਾਂ ਬੂਟਾ ਨਾੜ ਰਾਹੀਂ ਥੱਲਿਓਂ ਖੁਰਾਕ ਤਾਂ ਚੜ੍ਹ ਕੇ ਆਉਂਦੀ ਹੈ, ਅਤੇ ਸਿੱਟੇ ਦੀ ਵੀ ਲੋੜ ਹੈ, ਸਿੱਟੇ ਦੀ ਵੀ ਲੋੜ ਹੈ। ਅਤੇ ਵਿੱਚ ਜਿਹੜਾ ਦਾਣਾ ਕਾਹਦਾ, ਜਿਹੜਾ ਦਾਣਾ ਨਾ ਵਿੱਚ ਕਣਕ ਦਾ, ਸਿੱਟਾ ਜਿਹੜਾ ਹੈ, ਜਿਹੜਾ ਵਿਚਲਾ ਦਾਣਾ, ਜਦੋਂ ਮੀਂਹ ਹਨੇਰੀ ਆਉਣੀ, ਉਹਦੀ ਪ੍ਰੋਟੈਕਸ਼ਨ ਕਰਨੀ ਹੈ ਦਾਣੇ ਦੀ, ਸਿੱਟੇ ਨੇ। ਬਾਣੀ ਦੀ ਲੋੜ ਹੈ, ਕਹਿੰਦੇ ਨੇ ਸਾਰਾ ਕੁਝ ਕਰਕੇ ਬਾਣੀ ਪੜ੍ਹ ਕੇ ਨਾਮ ਜਾਪੇ, ਵਿਚਲਾ ਸਿੱਟਾ ਦਾਣਾ ਕਾਹਦਾ, ਪ੍ਰਤੀਤ ਦਾ ਸਤਸੰਗ ਜੀ। ਜੇ ਆਪਣੇ ਸਤਿਗੁਰ 'ਤੇ ਪ੍ਰਤੀਤ ਨਹੀਂ ਆਉਂਦੀ ਸਤਸੰਗ ਜੀ, ਫਿਰ ਇਹਦਾ ਕੀਤਾ ਕਿਰਾਇਆ ਥਾਂ ਨਹੀਂ ਪੈਂਦਾ, ਕੀਤਾ ਕਿਰਾਇਆ ਇਹਦਾ ਥਾਂ ਨਹੀਂ ਪੈਂਦਾ। ਸਤਿਗੁਰ ਪ੍ਰਤਾਪ ਸਿੰਘ ਦੇ ਉਪਦੇਸ਼ ਨੇ ਜਿੰਨੀਆਂ ਮਰਜ਼ੀ ਮਾਲਾ ਫੇਰੇ, ਬਾਣੀ ਪੜ੍ਹੇ, ਜੇ ਸਾਰਾ ਕੁਝ ਕਰਕੇ ਮੌਕੇ ਵਾਲੇ ਸਤਿਗੁਰ 'ਤੇ ਇਹਨੂੰ ਭਰੋਸਾ ਨਹੀਂ ਬਣਨਾ ਬਣਦਾ ਇਹਦਾ, ਤਾਂ ਇਹਦਾ ਫਿਰ ਕੀਤਾ ਕਿਰਾਇਆ ਥਾਂ ਨਹੀਂ ਪੈਂਦਾ। ਸੋ ਇਸ ਕਰਕੇ ਸਤਸੰਗ ਜੀ, ਸਭ ਤੋਂ ਵੱਡੀ ਚੀਜ਼ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਤੀਤ ਦਾ ਦਾਨ ਮੰਗਿਆ ਕਰੋ, ਕਿ ਸੱਚੇ ਪਾਤਸ਼ਾਹ ਕਲਯੁੱਗ ਦਾ ਭਿਆਨਕ ਸਮਾਂ, ਬਖਸ਼ਿਸ਼ ਕਰ, ਤੇਰੇ ਚਰਨਾਂ 'ਤੇ ਪ੍ਰਤੀਤ ਬਣੇ,
ਤੇਰੀ ਸੰਗਤ ਨਾਲ ਪਿਆਰ ਬਣੇ ਸਾਧ ਸੰਗਤ ਜੀ, ਜੋ ਸਤਿਗੁਰ ਦੀ ਬਖਸ਼ਿਸ਼ ਨਾਲ ਹੀ ਜੀਵ ਬਚ ਸਕਦਾ। ਸੋ ਸਾਧ ਸੰਗਤ ਜੀ, ਇੰਨੀ ਅਰਜ਼ਾਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਮਾਫ਼ ਕਰਨੀ, ਤੇ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿ ਸ਼੍ਰੀ ਅਕਾਲ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਇਹ ਸਨ ਸੰਤ ਕੁਲਦੀਪ ਸਿੰਘ ਜੀ ਦਾਤੇ ਵਾਲੀ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਕਾ ਹਰ ਜਸ, ਗੁਰੂ ਕਾ ਉਪਦੇਸ਼ ਸਰਵਣ ਕਰਾਇਆ ਹੈ। ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੈ, ਸੋ ਕਿਰਪਾ ਕਰਕੇ ਸਾਧ ਸੰਗਤ ਪੰਡਾਲ ਦੇ ਵਿੱਚ ਆ ਕੇ ਦਰਸ਼ਨ ਦੇਵੇ, ਕਿਉਂਕਿ ਸਾਡਾ ਮੇਲੇ ਵਿੱਚ ਆਇਆਂ ਦਾ ਫਿਰ ਹੀ ਫਾਇਦਾ ਜੇ ਆ ਕੇ ਗੁਰ ਉਪਦੇਸ਼, ਗੁਰਬਾਣੀ ਵਿਚਾਰ ਸਰਵਣ ਕਰੀਏ। ਸੋ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ, ਪੰਡਾਲ ਦੇ ਵਿੱਚ ਆ ਕੇ ਦੀਵਾਨ ਕਥਾ ਕੀਰਤਨ ਸਰਵਣ ਕਰੋ। ਹੁਣ ਆਪ ਜੀ ਦੇ ਸਨਮੁੱਖ ਮੇਰੇ ਛੋਟੇ ਵੀਰ, ਮੇਰੇ ਪਰਮ ਮਿੱਤਰ ਸਰਬਜੀਤ ਸਿੰਘ ਜੀ ਵਜੀਦਪੁਰ ਆਪ ਜੀ ਨੂੰ ਦੀਵਾਨ ਦੇ ਰਾਹੀਂ ਗੁਰੂ ਕਾ ਹਰਜਾ ਸਰਵਣ ਕਰਾਉਣਗੇ। ਸਰਬਜੀਤ ਸਿੰਘ ਜੀ ਵਜੀਦਪੁਰ। Oh,
ਸਾਧ ਸੰਗਤ ਜੀ ਮਨ ਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਤੇ ਸਤਿਗੁਰੂ ਦਾ ਨਾਮ ਲਿਆਈਏ ਆਦ ਪੁਰਖ ਆਦ ਸਤਿਗੁਰੂ ਜੀ ਨੂੰ ਧੰਨ ਆਖੀਏ ਜਿਨ੍ਹਾਂ ਦੇ ਬਾਰੇ ਕਵੀ ਧਿਆਨ ਸਿੰਘ ਜੀ ਬੜਾ ਸੁੰਦਰ ਲਿਖਦੇ ਨੇ ਕਹਿੰਦੇ ਗੁਰੂ ਨਾਨਕ ਦੇਵ ਕੋ ਨਾਮ ਜਪਿਓ ਸੋ ਕਲੇਵਰ ਕੇ ਦੁੱਖ ਦੂਰ ਭਏ ਜਸ ਭਾਨ ਆਕਾਸ਼ ਪ੍ਰਕਾਸ਼ ਭਇਓ ਅਗ ਓਗ ਤਮੰਗ ਤਵ ਦੂਰ ਗਏ ਤੁਰ ਕਿੰਦਨ ਪੀਰ ਜੋ ਹਿੰਦਨ ਕੇ ਗੁਰ ਰੰਗ ਕਹ ਕੋ ਅਵਨੀਸ ਕੀਏ ਪਦ ਪੰਕਜ ਸੀਸ ਧਰੂ ਕਰ ਜੋਰ ਕੈ ਕਾਟ ਅਗੰ ਮਮ ਮੋਖ ਦਏ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਇੱਕ ਵਾਰ ਫਿਰ ਕਿਰਪਾ ਕਰੋ ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੇ ਕਿਸੇ ਦੀਵਾਨ ਦੇ ਵਿੱਚ ਨਾਮ ਨਾ ਲਿਆ ਜਾਵੇ ਕਹਿੰਦੇ ਉਹ ਦੀਵਾਨ ਅਧੂਰਾ ਜਾਪਦਾ ਜਿਸ ਤਰ੍ਹਾਂ ਸਿਆਣੇ ਪੁਰਖ ਆਖਦੇ ਸਨ ਕਹਿੰਦੇ ਉਹ ਨਾਮਧਾਰੀ ਨਹੀਂ ਜਿਹੜਾ ਇੱਕ ਦਿਨ ਦੇ ਵਿੱਚ ਇੱਕ ਦਿਹਾੜੀ ਦੇ ਵਿੱਚ ਘੱਟੋ ਘੱਟ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਇੱਕ ਵਾਰ ਧਾ ਨਹੀਂ ਮਾਰਦਾ ਉਹ ਨਾਮਧਾਰੀਆ ਨਹੀਂ ਹੋ ਸਕਦਾ ਇਸੇ ਤਰ੍ਹਾਂ ਕਹਿੰਦੇ ਨਾਮਧਾਰੀ ਦੀਵਾਨ ਦੇ ਵਿੱਚ ਜੇਕਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਨਾ ਲਿਆ ਜਾਵੇ ਤੇ ਅਧੂਰਾ ਅਧੂਰਾ ਜਾਪਦਾ ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਆਪਣੀ ਰਸਨਾ ਤੇ ਲਿਆਈਏ ਕਹਿੰਦੇ ਸਤਿਗੁਰਾਂ ਦਾ ਨਾਮ ਇੱਕ ਇਹੋ ਜਿਹਾ ਹੈ ਕਵੀ ਧਿਆਨ ਸਿੰਘ ਦੀ ਰਚਨਾ ਹੈ ਆਖਦੇ ਨੇ ਕਹਿੰਦੇ ਰਾਮ ਕਹਤ ਚਿੱਤ ਥਿੱਤ ਹੋਏ ਸਿੰਘ ਕਹਿਤ ਭੈ ਹਾਨ ਕਹਿੰਦੇ ਰਾਮ ਕਹਿਣ ਦੇ ਨਾਲ ਜਿਹੜਾ ਮਨ ਹੈ ਉਹ ਸਥਿਰ ਹੋ ਜਾਂਦਾ
ਕਿਉਂਕਿ ਇੱਕ ਮਨ ਐਸੀ ਚੀਜ਼ ਹੈ ਜਿਹੜਾ ਇੱਕ ਜਗ੍ਹਾ ਟਿਕ ਨਹੀਂ ਸਕਦਾ। ਦੀਵਾਨ ਵਿੱਚ ਬੈਠੇ ਹੋਈਏ, ਸਾਧ ਸੰਗਤ ਦੇ ਵਿੱਚ ਬੈਠੇ ਹੋਈਏ, ਮਨ ਕਦੀ ਘਰ ਚਲਿਆ ਜਾਂਦਾ, ਕਦੀ ਕੰਮਾਂ ਕਾਰਾਂ ਦੇ ਵਿੱਚ ਚਲਿਆ ਜਾਂਦਾ। ਉਹ ਪਰ ਕਵੀ ਜੀ ਲਿਖਦੇ ਨੇ, ਕਹਿੰਦੇ ਰਾਮ ਕਹਿਣ ਦੇ ਨਾਲ ਉਹ ਜਿਹੜਾ ਮਨ ਹੈ ਉਹ ਟਿਕ ਜਾਂਦਾ, ਸਥਿਰ ਹੋ ਜਾਂਦਾ, ਗੁਰੂ ਚਰਨਾਂ ਦੇ ਨਾਲ ਜੁੜ ਜਾਂਦਾ। ਇਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਨਾਮ ਅਸੀਂ ਆਪਣੀ ਰਸਨਾ ਤੇ ਲਿਆਈਏ। ਰਾਮ ਕਹਤ ਚਿਤ ਥਿਤ ਹੋਏ, ਸਿੰਘ ਕਹਤ ਭੈ ਹਾਨ, ਤਾ ਤੇ ਮਿਤ ਨਿਤ ਮੰਤ ਜਪ, ਸਤਿਗੁਰੂ ਰਾਮ ਸਿੰਘ ਭਗਵਾਨ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਮੇਰੇ ਉਸਤਾਦ ਜੀ ਸ਼੍ਰੀਮਾਨ ਸੰਤ ਨਿਸ਼ਾਨ ਸਿੰਘ ਜੀ ਦੀ ਰਚਨਾ ਹੈ, ਕਹਿੰਦੇ ਨੇ ਗੁਰੂ ਜਗ ਜੀਤ ਮੀਤ ਦੇਵੋ ਪ੍ਰਤੀਤ, ਮੈਨੂੰ ਨੀਤ ਨੀਤ ਗੁਣ ਗੀਤ ਆਪ ਦੇ ਹੀ ਗਾਵਾਂ ਮੈਂ, ਹਰ ਦੇਵੋ ਦੋਖ ਮੇਰੇ ਹਰ ਵਿੱਚ ਹਰ ਵੇਖਾਂ, ਹਰ ਘਰੇ ਆਪ ਦਾ ਸੰਦੇਸੜਾ ਪਹੁੰਚਾਵਾਂ ਮੈਂ, ਹੋਰ ਦਰ ਪਰ ਦਾਤਾ ਝੁਕੇ ਨਾਹੀਂ ਸਰ ਮੇਰਾ, ਬਖਸ਼ਿਸ਼ ਦੇ ਸਰ ਵਿੱਚ ਟੁੱਬੀਆਂ ਲਗਾਵਾਂ ਮੈਂ, ਲਵਾ ਲਵ ਦਿਲ ਮੇਰਾ ਹੋਵੇ ਤੇਰੀ ਪ੍ਰੀਤ ਨਾਲ, ਤੇਰੇ ਦਰੋ ਮੋਖ ਭੋਗ ਕਾਮਨਾ ਨੂੰ ਪਾਵਾਂ ਮੈਂ। ਸਭ ਗੱਜ ਕੇ ਆਖੋ, ਕੋਈ ਰਸਨਾ ਬਾਂਝੀ ਨਾ ਰਹਿ ਜਾਏ, ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਹਾਜ਼ਰਾ ਹਜ਼ੂਰ ਸਤਿਗੁਰਾਂ ਨੂੰ ਧੰਨ ਆਖੀਏ, ਕਿਉਂਕਿ ਆਖਦੇ ਨੇ ਕਹਿੰਦੇ ਹਾਜ਼ਰਾ ਹਜ਼ੂਰ ਸਤਿਗੁਰੂ ਜੀ ਦੇ ਜੇ ਚਰਨਾਂ ਤੇ ਸੀਸ ਝੁਕਾਇਆ ਜਾਵੇ, ਉਹ ਜਿੰਨੇ ਆਦਿ ਤੋਂ ਲੱਗ ਕੇ ਜਦੋਂ ਤੋਂ ਬ੍ਰਹਿਮੰਡ ਬਣਿਆ, ਦੁਨੀਆਂ ਬਣੀ, ਜਦੋਂ ਤੋਂ ਸਤਿਗੁਰੂ ਸਹਿਬਾਨ ਸਰਗੁਣ ਸਰੂਪ ਧਾਰਨ ਕਰਕੇ ਇਸ ਸੰਸਾਰ ਦੇ ਉੱਪਰ ਦੁਨੀਆਂ ਦਾ ਭਲਾ ਕਰਨ ਲਈ ਆਏ, ਸਾਰਿਆਂ ਦੇ ਚਰਨਾਂ ਵਿੱਚ ਸੀਸ ਝੁਕ ਜਾਂਦਾ। ਜੇ ਉਹਨਾਂ ਨੂੰ ਧੰਨ ਆਖਿਆ ਜਾਵੇ, ਸਭ ਨੂੰ ਧੰਨ ਆਖਿਆ ਜਾਂਦਾ। ਸਤਿਗੁਰੂ ਜੀ ਗੁਰਬਾਣੀ ਵਿੱਚ ਲਿਖਦੇ ਨੇ, ਕਹਿੰਦੇ ਜਿਨੀ ਤੁਦਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਉਹ ਜਮਾਂ ਦਾ ਦੁੱਖ ਜਿਹੜਾ ਸਭ ਤੋਂ ਭੈੜਾ, ਜਮਾਂ ਦੀ ਮਾਰ ਨੂੰ ਸਭ ਤੋਂ ਬੁਰੀ ਆਖਿਆ ਗਿਆ। ਉਹ ਗੁਰੂ ਨੂੰ ਧੰਨ ਆਖਣ ਦੇ ਨਾਲ ਜਮਾਂ ਦੀ ਮਾਰ ਨਹੀਂ ਪੈਂਦੀ, ਦੂਸਰਾ ਕੀ ਕੰਮ ਹੁੰਦਾ? ਸਭ ਤੋਂ ਪਹਿਲਾਂ ਅਸੀਂ ਆਖਦੇ ਹਾਂ ਰਸਨਾ ਪਵਿੱਤਰ ਕਰਨ ਦੇ ਵਾਸਤੇ, ਸਤਿਗੁਰਾਂ ਦਾ ਨਾਮ ਲਿਆ ਜਾਣਾ ਰਸਨਾ ਨੂੰ ਪਵਿੱਤਰ ਕਰਨ ਵਾਸਤੇ। ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਨਾਮ ਲੇਤ ਗੋਬਿੰਦ ਕਾ ਸੂਚੀ ਭਈ ਰਸਨਾ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਇਸ ਦਰ ਦੇ ਉੱਪਰ ਆ ਜਾ ਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣ ਜਾ, ਉਹ ਚਰਨਾਂ ਨੂੰ ਫੜ ਲੈ, ਹੁਣ ਸਮਾਂ, ਜੇ ਹੁਣ ਭੁੱਲ ਗਿਆ ਬਾਅਦ ਵਿੱਚ ਸਮਾਂ ਨਹੀਂ ਮਿਲਣਾ, ਮੌਕਾ ਨਹੀਂ ਮਿਲਣਾ, ਫਿਰ ਪਛਤਾਵੇਂਗਾ। ਜਦੋਂ ਪਛਤਾਣਾ ਪੈ ਜਾਵੇ ਫਿਰ ਸਾਧ ਸੰਗਤ ਜੀ ਹੋਰ ਕੁਝ ਵੀ ਪੱਲੇ ਨਹੀਂ ਰਹਿੰਦਾ, ਉਹ ਗੁਰੂ ਤੋਂ ਦੂਰ ਹੋ ਜਾਈਦਾ। ਜਦੋਂ ਗੁਰੂ ਤੋਂ ਦੂਰ ਹੋ ਗਏ, ਉਹ ਮਨਮੁੱਖ ਬਣ ਗਏ, ਉਦੋਂ ਦੁੱਖ ਹੀ ਦੁੱਖ ਹੈ। ਗੁਰੂ ਚਰਨਾਂ ਦੇ ਨਾਲ ਜੁੜੀਏ, ਬਿਨਾਂ ਗੁਰੂ ਤੋਂ ਗਤੀ ਨਾ ਹੋਮਦੀ ਏ, ਧੱਕੇ ਵੱਜਣੇ ਨਹੀਂ ਸਤਿਕਾਰ ਹੋਣਾ, ਵਕਤ ਆ ਗਿਆ ਜਦੋਂ ਉਹ ਆਉਣ ਵਾਲਾ, ਛਿੰਨ ਪਲ ਨਹੀਂ ਫੇਰ ਖਿਲਾਰ ਹੋਣਾ। ਸੋਚੋ ਸੱਜਣੋ ਜਰਾ ਕੁ ਹੋਸ਼ ਕਰਕੇ, ਵਾਧਾ ਘਾਟਾ ਨਹੀਂ ਫੇਰ ਪਛਾਣ ਹੋਣਾ, ਚਰਨ ਫੜ ਲਓ ਸਤਿਗੁਰੂ ਉਦੇ ਸਿੰਘ ਦੇ, ਭਵ ਸਾਗਰੋ ਜਿਨ੍ਹਾਂ ਨੇ ਪਾਰ ਹੋਣਾ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਸੰਗੀ, ਜਦੋਂ ਮੈਂ ਟੇਕ ਲਈ ਸੀ, ਤਿੰਨੀ ਜਨਮ ਜੂਏ ਹਾਰਿਆ, ਜੀਓ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਇਸ ਸੰਸਾਰ ਦੇ ਉੱਪਰ ਜਿੰਨੇ ਵੀ ਮਨੁੱਖ ਇਸ ਸੰਸਾਰ ਦੇ ਉੱਪਰ ਆਏ ਨੇ, ਕਹਿੰਦੇ ਦੋ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਇੱਕ ਸਦਾਚਾਰੀ ਹੁੰਦਾ, ਦੂਸਰਾ ਦੁਰਾਚਾਰੀ ਹੁੰਦਾ। ਇੱਕ ਸੱਚਾ ਹੈ, ਇੱਕ ਝੂਠਾ ਹੈ। ਉਹ ਇੱਕ ਝਗੜਾਲੂ ਹੈ, ਇੱਕ ਪ੍ਰੇਮ ਕਰਨ ਵਾਲਾ ਹੈ। ਇੱਕ ਝਗੜਾ ਕਰਦਾ ਹਰ ਵੇਲੇ, ਮਾਇਆ ਵਿੱਚ ਰੁੱਝਾ, ਇੱਕ ਪਾਸੇ ਤਰਛਾਲੂ ਹੈ। ਉਹ ਇੱਕ ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ, ਉਹ ਇੱਕ ਗੁਰੂ ਦੇ ਚਰਨਾਂ ਤੋਂ ਦੂਰ ਭੱਜਣ ਵਾਲਾ। ਉਹ ਇੱਕ ਗੁਰਮੁਖ ਬਣ ਜਾਂਦਾ, ਇੱਕ ਮਨਮੁਖ ਬਣ ਜਾਂਦਾ। ਇਸੇ ਤਰ੍ਹਾਂ ਹੀ ਸਤਸੰਗੀ, ਜਿਹਨੂੰ ਸਤਿਗੁਰੂ ਜੀ ਆਖਦੇ ਨੇ, ਕਹਿੰਦੇ ਕੁਝ ਐਸੇ ਮਨੁੱਖ ਹੁੰਦੇ ਨੇ, ਉਹ ਜਿਨ੍ਹਾਂ ਦਾ ਤਨ ਮੈਲਾ ਹੁੰਦਾ ਪਰ ਅੰਦਰੋਂ ਸਾਫ਼ ਹੁੰਦੇ ਨੇ। ਕੁਝ ਇਹੋ ਜਿਹੇ ਵੀ ਮਨੁੱਖ ਇਸ ਸੰਸਾਰ ਦੇ ਉੱਪਰ ਨੇ, ਉਹ ਜਿਹੜੇ ਬਾਹਰੋਂ ਭੇਖ ਦਿਖਾਉਂਦੇ ਨੇ, ਬਾਹਰੋਂ ਬੜੇ ਸੁੰਦਰ ਬਣ ਕੇ ਰਹਿੰਦੇ ਨੇ ਪਰ ਅੰਦਰੋਂ ਮੈਲੇ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚਾਰ ਉਦਾਸੀਆਂ ਕੀਤੀਆਂ, ਸੰਗਤ ਦਾ ਭਲਾ ਕਰਦੇ ਹੋਏ ਕਿਸੇ ਨਗਰ ਦੇ ਵਿੱਚ ਪਹੁੰਚੇ। ਉਸ ਤੋਂ ਬਾਅਦ ਉੱਥੋਂ ਅੱਗੇ ਚਾਲੇ ਭਾਈ ਉਪਦੇਸ਼ ਦਿੱਤਾ, ਇੱਕ ਬਾਗ ਦੇ ਵਿੱਚ ਪਹੁੰਚੇ, ਕੀ ਵੇਖਦੇ ਨੇ ਕਿ ਕੁਝ ਪੰਛੀ ਉੱਡ ਕੇ ਆਏ। ਅੱਗੇ ਵੇਖਦੇ ਨੇ, ਕਹਿੰਦੇ ਸਿੰਬਲ ਦਾ ਦਰਖਤ ਜਿਹੜਾ ਬੜਾ ਉੱਚਾ, ਬੜਾ ਮੋਟਾ ਦਰਖਤ ਹੁੰਦਾ, ਉਹਨੂੰ ਵੇਖਿਆ ਕਿ ਬੜੇ ਸੁੰਦਰ ਫਲ ਲੱਗੇ ਨੇ, ਬੜੇ ਸੁੰਦਰ ਫੁੱਲ ਵੀ ਲੱਗੇ ਨੇ ਉਹਨਾਂ ਨੂੰ।
ਉਹ ਪੰਛੀਆਂ ਨੇ ਵੇਖਿਆ ਚਲੋ ਭੁੱਖ ਮਿਟਾ ਲੈਂਦੇ ਹਾਂ ਉਹਨਾਂ ਦੇ ਉੱਪਰ ਉਹ ਫਲ ਕਿੰਨੇ ਰਸੀਲੇ ਹੋਣਗੇ ਬੜੇ ਸੁੰਦਰ ਵਿਖਾਈ ਦਿੰਦੇ ਨੇ ਕਿਉਂਕਿ ਮਨੁੱਖ ਦੀ ਵੀ ਇਹ ਫਿਤਰਤ ਹੈ ਜਿੰਨੀ 84 ਲੱਖ ਜੂਨ ਹੈ ਜਿਹੜੀ ਚੀਜ਼ ਸੁੰਦਰ ਦਿਖਾਈ ਦੇਵੇਗੀ ਉਹਦੇ ਵੱਲ ਨੂੰ ਇਹ ਬੰਦਾ ਆਕਰਸ਼ਿਤ ਹੋ ਜਾਂਦਾ ਇਹ ਜੀਵ ਆਕਰਸ਼ਿਤ ਹੋ ਜਾਂਦਾ ਖਿੱਚਿਆ ਜਾਵੇਗਾ ਸੁੰਦਰਤਾ ਦੇ ਵੱਲ ਹੁਣ ਸਿੰਬਲ ਰੁੱਖ ਦੀ ਸੁੰਦਰਤਾ ਨੂੰ ਵੇਖ ਕੇ ਉਹ ਪੰਛੀ ਮੋਹੇ ਗਏ ਉਹ ਦੌੜੇ ਆਏ ਜਾ ਕੇ ਆਪਣੀ ਭੁੱਖ ਨੂੰ ਖਤਮ ਕਰ ਲਈਏ ਮਨ ਨੂੰ ਸ਼ਾਂਤ ਕਰ ਲਈਏ ਆਏ ਨੇ ਆ ਕੇ ਜਦੋਂ ਸਿੰਬਲ ਦੇ ਦਰਖਤ ਤੇ ਬੈਠੇ ਸਿੰਬਲ ਦਾ ਫਲ ਖਾਣ ਲੱਗੇ ਬੜਾ ਬਕ ਬਕਾ ਹੈ ਬੜਾ ਕੌੜਾ ਹੈ ਉੱਡ ਗਏ ਬੜੇ ਮਨ ਦੇ ਵਿੱਚੋਂ ਦੁਖੀ ਹੋਏ ਤੇ ਅੱਗੇ ਕੀ ਵੇਖਦੇ ਨੇ ਕੋਲ ਹੀ ਇੱਕ ਛੋਟਾ ਜਿਹਾ ਬੇਰੀ ਦਾ ਦਰਖਤ ਹੈ ਫਲਾਂ ਨਾਲ ਲੱਦਿਆ ਹੋਇਆ ਬੜਾ ਨੀਵਾਂ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹ ਵੇਖ ਰਹੇ ਨੇ ਵੇਖ ਕੇ ਇੱਕ ਸ਼ਬਦ ਉਚਾਰਨ ਕੀਤਾ ਆਸਾ ਦੀ ਵਾਰ ਦੇ ਵਿੱਚ ਅਸੀਂ ਰੋਜ਼ ਸਰਵਣ ਕਰਦੇ ਹਾਂ ਸਤਿਗੁਰੂ ਜੀ ਕਹਿੰਦੇ ਸਿੰਬਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਉਹ ਕਹਿੰਦੇ ਇਹ ਤੇ ਸਿੰਬਲ ਦਾ ਰੁੱਖ ਇਹੋ ਜਿਹਾ ਇਹਦੇ ਫੁੱਲ ਬਕ ਬਕੇ ਨੇ ਇਹਦਾ ਫਲ ਜਿਹੜਾ ਉਹ ਕੌੜਾ ਹੈ ਉਹ ਕਿਸੇ ਕੰਮ ਦਾ ਨਹੀਂ ਜਦੋਂ ਉਹ ਪੰਛੀਆਂ ਨੇ ਵੇਖਿਆ ਕੋਲ ਬੇਰੀ ਦਾ ਦਰਖਤ ਹੈ ਬੜੇ ਸੁੰਦਰ ਫਲ ਲੱਗੇ ਨੇ ਉੱਡ ਕੇ ਜਾ ਕੇ ਉਹ ਬੇਰੀ ਦੇ ਉੱਪਰ ਬੈਠੇ ਤੇ ਜਦੋਂ ਫਲ ਖਾਧਾ ਬੜਾ ਮਿੱਠਾ ਹੈ ਫਲ ਖਾਧਾ ਤ੍ਰਿਪਤ ਹੋ ਗਏ ਰੱਜ ਗਏ ਤੇ ਉੱਡ ਕੇ ਬੜੀ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਜਦੋਂ ਚਾਲੇ ਪਾਏ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਆਖਦੇ ਨੇ ਕਹਿੰਦੇ ਜਿਹੜੇ ਨਿਮਾਣਤਾ ਵਾਲੇ ਪਾਸੇ ਜਾਂਦੇ ਨੇ ਉਹ ਬੜੇ ਚੰਗੇ ਨੇ ਫਿਰ ਸਤਿਗੁਰਾਂ ਨੇ ਅਗਲੀ ਤੁਕ ਉਚਾਰਨ ਕੀਤੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤ ਉਹ ਨੀਵਿਆਂ ਦੇ ਵਿੱਚ ਮਿਠਾਸ ਹੋਵੇਗੀ ਨੀਵਿਆਂ ਦੇ ਵਿੱਚ ਅਛਾਈ ਹੋਵੇਗੀ ਚੰਗੇ ਗੁਣ ਹੋਣਗੇ ਉਹ ਜਿਹੜਾ ਵੱਡਾ ਫੁੱਲਿਆ ਫਿਰੇਗਾ ਆਪਣੇ ਆਪ ਨੂੰ ਧਨੀ ਅਖਵਾਏਗਾ ਉਹ ਮੈਂ ਤੇ ਇਸ ਤਰ੍ਹਾਂ ਕਰ ਦਾਂਗਾ ਮੈਂ ਉਸ ਤਰ੍ਹਾਂ ਕਰ ਦਾਂਗਾ ਬੜੀ ਮਾਇਆ ਮੇਰੇ ਕੋਲ ਸਤਸੰਗੀ ਜਿਹਨਾਂ ਉਹਨਾਂ ਦਾ ਕਦੀ ਇਸ ਸੰਸਾਰ ਦੇ ਉੱਪਰ ਭਲਾ ਨਹੀਂ ਹੋਇਆ ਮੈਂ ਪਹਿਲਾਂ ਅਰਜ਼ ਕੀਤੀ ਸੀ ਦੋ ਤਰ੍ਹਾਂ ਦੇ ਮਨੁੱਖ ਹੁੰਦੇ ਨੇ ਇੱਕ ਗੁਰਮੁਖ ਤੇ ਇੱਕ ਮਨਮੁਖ ਉਹ ਗੁਰੂ ਦੇ ਨਾਲ ਜੁੜਨ ਵਾਲਾ ਗੁਰਮੁਖ ਹੋਵੇਗਾ ਜਿਹੜਾ ਮਨ ਦੇ ਆਖੇ ਲੱਗੇਗਾ ਉਹ ਮਨਮੁਖ ਬਣ ਜਾਂਦਾ ਮਨਮੁਖ ਨੂੰ ਜਿਸ ਤਰ੍ਹਾਂ ਸਿੰਬਲ ਦਾ ਦਰਖਤ ਹੈ ਉਸੇ ਤਰ੍ਹਾਂ ਕਹਿੰਦੇ ਇਹ ਜਿਹੜਾ ਮਨਮੁਖ ਜੀਵ ਹੈ ਉਹ ਉਸੇ ਤਰ੍ਹਾਂ ਦਾ ਹੈ ਆਓ ਗਾ ਕੇ ਪੜ੍ਹ ਲਈਏ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤ ਗੁਣ ਚੰਗਿਆਈਆ ਤਤ
ਨੀਵੇਂ ਹੋ ਕੇ ਰਹਿੰਦੇ ਨੇ ਸਤਿਗੁਰੂ ਜੀ ਆਖਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਜਿਹੜੇ ਮਿੱਠੇ ਹੋ ਕੇ ਨੀਵੇਂ ਹੋ ਕੇ ਗੁਰੂ ਚਰਨਾਂ ਦੇ ਵਿੱਚ ਆ ਜਾਂਦੇ ਨੇ ਉਹ ਪ੍ਰਵਾਨ ਹੋ ਜਾਂਦੇ